2012 ਦੀ ਸਰਕਾਰ ਚ ਸ਼ਰਾਬ ਮਾਫੀਆ ਰੇਤ ਮਾਫੀਆ ਬਜਰੀ ਮਾਫੀਆ ਵਧਿਆ ਔਰ ਹਾਵੀ ਹੋਇਆ ਤਾਂ ਸਰਕਾਰ ਦੀ ਸ਼ਹਿ ਨਾਲ ਸਰਕਾਰ ਤੋਂ ਬਿਨਾ ਕੋਈ ਕਰ ਸਕਦਾ ਕੁਝ ਸੁਖਵੀਰ ਬਾਦਲ ਨੇ ਸੈਟਿੰਗ ਕੀਤੀ ਸੀ ਡੇਰੇ ਵਾਲੇ ਨਾਲ ਹੁਣੀ ਤਾਂ ਹੀ ਮਾਫੀ ਹੋਈ ਹੋਈ ਇਸ ਡੀਲ ਚ ਕੀ ਫਾਇਦਾ ਮਿਲਣਾ ਸੀ ਅਕਾਲੀ ਦਲ ਨੂੰ ਵੋਟਾਂ ਦਾ ਫਾਇਦਾ ਕੀ ਹੋਗੀ ਉਹਦੇ ਟਿੰਸਾ ਸਭ ਤੁਹਾਡੇ ਨਾਲ ਆਣਗੇ ਛੋਟੇ ਵਾਲੇ ਨਹੀਂ ਹੋ ਮੇਰੇ ਨਾਲ ਉਹ ਬਾਪ ਨੂੰ ਥੋੜਾ ਛੱਡ ਸਕਦੇ ਪਰ ਤੁਸੀਂ ਉਦੋਂ ਵੀ ਕਿਹਾ ਸੀ ਕਿ ਨਾ ਲੜੋ ਲੋਕ ਸਭਾ ਦੀ ਚੋਣ ਸੰਗਰੂਰ ਤੋਂ ਉਹ ਲੜੇ ਲੜਨ ਲਈ ਕਹਤਾ ਸੀ ਜਦੋਂ ਪਰ ਕਿਹਾ ਮੇਰੀ ਮਜਬੂਰੀ ਹੈ ਮੈਂ ਕਿਹਾ ਲੜਾ ਤੂੰ ਕੀ ਅਕਾਲੀ ਦਲ ਔਰ ਕਾਂਗਰਸ ਮਿਲ ਕੇ ਚੱਲ ਰਹੇ ਇਸ ਟਾਈਮ ਸਾਰੀ ਦੁਨੀਆ ਕਹਿ ਰਹੀ ਹੈ ਸੁਖਵੀਰ ਸਿੰਘ ਬਾਦਲ ਨੇ ਇਸ ਨੂੰ ਨਸ਼ਟ ਕਰ ਦਿੱਤਾ ਜੋ ਸਿਸਟਮ ਜਿਸ ਤੰਗ ਨਾਲ ਸ਼੍ਰੋਮਣੀ ਅਕਾਲੀ ਦਲ ਚੱਲਣਾ ਚਾਹੀਦਾ ਸੀ ਹੰਕਾਰ ਹੋ ਗਿਆ ਇੰਨੀ ਜ਼ਿਆਦਾ ਹੋ ਗਈ ਕਿ ਉਹਨੇ ਕਿਹਾ ਵੀ ਹੁਣ ਤਾਂ ਪਾਵਰ ਹੀ ਮੇਰੇ ਕੋਲ ਹੈ ਸਾਰਾ ਬੈਕ ਹੀ ਲੈਣੇ ਕਿਸੇ ਤੋਂ ਹਾਲੇ ਤੱਕ ਤਾਂ ਇਹਨੂੰ ਲੋਕ ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਵੈਸੇ ਪਰ ਹੁਣ ਬਾਦਲ ਹੀ ਕਹਿੰਦੇ ਨੇ ਜੇ ਸੁਖਵੀਰ ਬਾਦਲ ਤੁਹਾਨੂੰ ਬਾਹਰ ਕੱਢ ਦਿੰਦੇ ਆ ਪਾਰਟੀ ਚੋਂ ਫੇਰ ਤੁਸੀਂ ਅਲੱਗ ਪਾਰਟੀ ਬਣਾਓਗੇ ਨਹੀਂ ਅਸੀਂ ਅਸਲੀ ਸ਼੍ਰੋਮਣੀ ਅਕਾਲੀ ਦਲ ਬਣਾਵਾਂਗੇ